ਹਾਂ ਜੀ ਦੋਸਤੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਢੋਟੀਆਂ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ, ਸ਼ੇਰੋਂ ਤੋਂ 3 ਸ਼ਹਿਰੇ ਪੰਨੂਆਂ ਤੋਂ ਕੋਈ 5 ਕੁ ਕਿਲੋਮੀਟਰ ਦੀ ਦੂਰੀ ਆ, ਅਤੇ ਤਰਨ ਤਾਰਨ ਸਾਹਿਬ ਤੋਂ ਵੀ ਕੋਈ ਦੋਸਤੋ 10-12 ਕਿਲੋਮੀਟਰ ਦੀ ਦੂਰੀ ਆ ਪਿੰਡ ਢੋਟੀਆਂ ਦੀ। ਭਾਊ ਅਨੋਖ ਸਿੰਘ ਹੋਣਾਂ ਦੇ ਕੋਲ ਅੱਜ ਆਪਣੀ ਵਿਜਿਟ ਆ, ਤੇ ਪਸ਼ੂ ਅੱਜ ਆਪਾਂ ਤੁਹਾਨੂੰ ਇਸ ਘਰੋਂ ਟੋਟਲ 6 ਦਿਖਾਉਣੇ ਆ। 5 ਮੱਝਾਂ ਝੋਟੀਆਂ ਜਿਹੜੀਆਂ ਦਿਖਾਵਾਂਗੇ, ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ। ਕੁਝ ਕੁ ਪਸ਼ੂਆਂ ਨੂੰ ਜਿਹੜਾ ਦੋਸਤੋ 2-3 ਜਿਹੜੀਆਂ ਮੱਝਾਂ ਨੇ ਉਹਨਾਂ ਨੂੰ ਕੋਈ 1.5 ਹਫ਼ਤੇ ਦੇ ਇੜ ਗਿੜ ਸਮਾਂ ਹੋ ਗਿਆ, ਕੋਈ 10 ਕੁ ਦਿਨ ਦਾ ਸਮਾਂ ਹੋ ਗਿਆ, ਅਤੇ 2 ਮੱਝਾਂ ਜਿਹੜੀਆਂ ਤਕਰੀਬਨ ਇੱਕ ਅੱਜ ਭਲਕ ਦੇ ਵਿੱਚ ਹੀ ਸੂਈਆਂ ਨੇ। ਇੱਕ ਝੋਟੀ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਗੱਭਣ ਤਿਆਰੀ ਵਾਲੀ, ਇੱਕੋ ਇੱਕ ਨਗ ਜਿਹੜਾ ਗੱਭਣ ਆ, ਬਾਕੀ ਪਸ਼ੂ ਸਾਰੇ ਸਵੇ ਸਵਾਏ ਆ। ਤੇ ਕੋਈ ਵੀ ਮੇਰਾ ਵੀਰ ਖਰੀਦਦਾਰ ਆਉਂਦਾ ਤੇ ਆਪਾਂ ਹਮੇਸ਼ਾ ਸਾਰੇ ਵੀਰਾਂ ਨੂੰ ਇੱਕ ਵਾਰੀ ਸਟਾਰਟਿੰਗ ਤੋਂ ਨੋਟ ਕਰਾ ਦਿੰਦੇ ਆ ਵੀ 2 ਡੰਗ ਚੋਕੇ, ਚਾਹੇ ਕੋਈ ਮੇਰਾ ਵੀਰ 3 ਟਾਈਮ ਚੋਕੇ ਆਪਣੀ ਤਸੱਲੀ ਆ, ਉਹ ਤੁਸੀਂ ਪਹਿਲਾਂ ਕਰ ਲਿਓ, ਠੀਕ ਆ ਜੀ। ਤੇ ਖਾਸ ਵਿਜਿਟ ਪਿੰਡ ਢੋਟੀਆਂ ਕਰਨੀ ਆ ਅੱਜ 11 ਸਤੰਬਰ, ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1:30 ਵਜੇ ਦਾ। ਆਓ ਕਰਦੇ ਹਾਂ ਗੱਲਬਾਤ ਭਾਊ ਨੋਕ ਸਿੰਘ ਹੋਣਾਂ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਭਾਊ ਨੋਕ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜ ਸਾਹਿਬ, ਸਤਿ ਸ੍ਰੀ ਅਕਾਲ। ਹੋਰ ਠੀਕ ਠਾਕ ਰਾਜ ਸਾਹਿਬ? ਬਹੁਤ ਵਧੀਆ ਭਾਊ ਜੀ, ਠੀਕ ਠਾਕ। ਸਿਹਤ ਤਾਂ ਰਾਜੀ ਭਾਜੀ ਹੋ? ਠੀਕ ਠਾਕ, ਮਹਾਰਾਜ ਕਿਰਪਾ ਕਰੇ ਹਰ ਸਾਰੇ ਭੈਣ ਭਰਾਵਾਂ ਨੂੰ, ਵੇਖਣ ਵਾਲਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ, ਧੰਨਵਾਦ। ਸਤਿ ਸ੍ਰੀ ਅਕਾਲ ਭਾਊ ਜੀ। ਤੇ ਗਰਲਾਲ ਭਾਈ ਕੀ ਹਾਲ ਨੇ? ਵਧੀਆ ਵਧੀਆ ਸੰਧੂ ਸਾਹਿਬ, ਠੀਕ ਠਾਕ, ਤੁਸੀਂ ਦੱਸੋ? ਬਹੁਤ ਵਧੀਆ ਭਰਾ, ਠੀਕ ਠਾਕ ਹੈ। ਵਧੀਆ ਵਧੀਆ, ਠੀਕ ਠਾਕ ਚੱਲੀ ਜਾਂਦਾ ਬਸ। ਚਲੋ ਸ਼ੁਕਰ ਹੈ ਮਾਲਕ ਦਾ ਵੀਰ ਜੀ, ਇਸੇ ਤਰ੍ਹਾਂ ਹੀ ਚੱਲਦਾ ਰਹੇ ਕਿੱਤਾ ਕਾਰੋਬਾਰ। ਤੇ ਭਾਊ ਜੀ, ਅੱਜ ਪਸ਼ੂ ਆਪਾਂ ਜ਼ਿਕਰ ਕਰ ਹੀ ਦਿੱਤਾ, ਆਪਣੇ ਕੋਲ ਟੋਟਲ 6 ਨਾਗ ਅੱਜ। ਹਾਂ ਰਾਜ ਸਾਹਿਬ, 5 ਮੱਝਾਂ ਆਪਣੀਆਂ ਸੂਈਆਂ ਸਵਾਈਆਂ ਵਾ, ਤੇ ਇੱਕ ਆਪਣੀ ਗੱਭਣ ਹੈ ਝੋਟੀ, ਨਾਲੋਂ ਨਾਲ ਡਿਟੇਲ ਦੱਸ ਦਿੰਦੇ ਆ, ਆਪਣੀਆਂ ਇੱਕ ਰਾਤ ਦੀ ਸੂਈ ਆ, ਕੱਲ ਸਵੇਰ ਦੀ ਸੂਈ ਆ, ਨਾਲੋਂ ਨਾਲ ਭੈਣ ਭਰਾਵਾਂ ਨੂੰ ਡਿਟੇਲ ਦੇ ਦਿੰਦੇ ਆ। ਲਓ ਜੀ, ਸੋ ਦੋਸਤੋ ਪੂਰੀ ਜਾਣਕਾਰੀ ਤੁਹਾਨੂੰ ਮਿਲਣ ਵਾਲੀ ਹੈ, ਸੋ ਐਂਡ ਤੱਕ ਜੁੜੇ ਰਹੋ, ਠੀਕ ਹੈ ਜੀ। ਪੂਰੀ ਵੀਡੀਓ ਦੇਖ ਲਿਆ ਕਰੋ, ਠੀਕ ਹੈ ਜੀ। ਬਾਕੀ ਮੇਰਾ ਵੀਰ ਜਿੰਨੇ ਵੀ ਆਪਣੇ ਕੋਈ ਸਬਸਕ੍ਰਾਈਬਰ ਆ, ਠੀਕ ਹੈ ਜੀ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਠੀਕ ਹੈ ਜੀ, ਸੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਕਵਰੇਜ ਆ ਉਹ ਪਹੁੰਚ ਸਕੇ, ਠੀਕ ਆ। ਭਾਊ ਜੀ, ਪਹਿਲੇ ਨੰਬਰ ਤੋਂ ਸ਼ੁਰੂਆਤਾਂ ਇਸੇ ਮੈਂ ਤੋਂ ਕਰਾਂਗੇ। ਹਾਂਜੀ ਵੀਰ ਜੀ। ਤੇ ਕਿਵੇਂ ਆ ਸੂਈ ਅੱਜ ਭਲਕੀ ਆ? ਇਹ ਪਿਓਰ ਦੂਜੇ ਸੂਏ ਸੂਈ ਆ ਰਾਜਸਥਾਨ ਦੇ, ਆਪਣੇ 12-1 ਵਜੇ ਰਾਤ ਸੂਈ ਆ, ਤੇ 8 ਕੁ ਵਜੇ ਨੇ ਜੇਰ ਪਾਈ ਆ। ਠੀਕ ਹੈ ਜੀ। ਤੇ 2 ਕਿਲੋ ਬੋਲਾ ਕੱਢਿਆ, ਕੱਟੇ ਨੂੰ ਪਿਆਇਆ ਵਾ। ਠੀਕ ਹੈ ਜੀ। ਲਓ ਜੀ, ਮਗਰ ਕੱਟਾ ਇਹਦੇ ਆ ਗਿਆ, ਹਨਾ? ਮਗਰ ਕੱਟਾ ਆ ਗਿਆ ਵੀਰ ਜੀ। ਲਓ ਜੀ, ਮੇਲ ਕਾਫ ਆ, ਸੂਆ ਦੂਜਾ ਦੱਸਾਂ ਭਾਊ ਜੀ? ਆ ਦੂਜਾ ਸੂਆ, ਪਿਓਰ ਦੂਜਾ ਸੂਆ, ਕੱਦ ਬਹੁਤ ਜਿਹੜਾ ਭਰਾਵੋ ਪੂਰਾ ਆਇਆ, ਠੀਕ ਹੈ ਜੀ। ਕੱਦ ਕਾਠ ਤੁਸੀਂ ਆ ਵੇਖ ਕੇ ਚੈੱਕ ਕਰ ਲਿਓ ਵੀ ਪੂਰੀ ਹਾਈਟ ਲੈਂਥ ਦੇ ਵਿੱਚ ਆ, ਤੇ ਪੂਰੀ ਜੰਮੀ ਪਲੀ ਆ। ਵੈਸੇ ਪਸ਼ੂ ਚਲੋ ਇੱਕ ਵਾਰੀ ਸੂਸ ਬਾਚ ਆਈ ਹੈ, ਠੀਕ ਆ, ਤੇ ਪੰਡਾ ਪਾਈ ਫਿਰਦੀ ਕਰਨ ਵਾਲੀ। ਆ ਵੇਖੋ ਥੱਲਿਓ, ਤੇ 2.5 ਭਾਊ ਜੀ ਕਹਿੰਦਾ ਵੀ ਘੱਟੋ ਘੱਟ ਵੀ 2-2.5 ਕਿਲੋ ਬੋਲਾ ਜਿਹੜਾ ਚੁਆਈ ਕੀਤਾ, ਚੋਇਆ ਆਪਾਂ ਇਹਦੇ ਥੱਲਿਓ ਬੱਚੇ ਨੂੰ ਲਿਆ ਕੇ, ਠੀਕ ਆ ਜੀ, ਮਗਰ ਦੇ ਕੱਟਾ। ਤੇ ਬਾਕੀ ਮਾਲਕ ਨੇ ਬਹੁਤ ਸੋਹਣੀ ਹਾਈਟ ਕੱਦ ਬਖਸ਼ਿਆ ਕਰਮਾਲੀ ਨੂੰ, ਸੋ ਸੋਹਣੀ ਹਾਈਟ ਕੱਦ ਦੇ ਵਿੱਚ ਆ। ਸੋ ਥਣਾਂ ਦੀ ਗੱਲ ਕਰੀਏ ਤਾਂ ਸਪੇਸ ਵੰਡ ਚੰਗੀ ਆ, ਠੀਕ ਆ ਜੀ। ਆ ਕਰੋ ਚੈੱਕ। ਲਓ ਜੀ, ਆ ਕੱਟਾ ਆਇਆ ਮਗਰ, ਠੀਕ ਆ ਜੀ, ਆ ਦੇਖੋ। ਇਹ ਰਾਤ 12 ਕੁ ਵਜੇ ਸੂਈ ਆ, ਬਿਲਕੁਲ ਬਿਲਕੁਲ, ਅੱਗੇ ਬੋਟਾਂ 8 ਕੁ ਵਜੇ ਨੇ ਜੇਰ ਪਾਈ ਕਰਮਾਲੀ ਨੇ, ਕੱਟੇ ਨੂੰ ਲਿਆ ਕੇ 2 ਕਿਲੋ ਕੱਢਿਆ ਵਾ। ਠੀਕ ਹੈ ਜੀ। ਤੇ ਰਾਜਸਥਾਨ ਚਲੋ ਆਪਣੀ ਜੇ ਤੇ ਵੇਗੀ ਵੇਚਾਂਗੇ, ਨਹੀਂ ਤੇ ਇਹਨੂੰ 16 ਕਿਲੋ ਦੁੱਧ ਦੀ ਗਰੰਟੀ ਮਿਲੀ ਆ, 15-16 ਕਿਲੋ ਆਪਾਂ ਚਵਾ ਕੇ ਦੇਵਾਂਗੇ। ਚੰਗੀ ਤਸੱਲੀ ਤੇ ਆਈ ਆ, ਪੂਰੀ ਤਸੱਲੀ ਤੇ, ਤਸੱਲੀ ਪੂਰੀ, ਠੀਕ ਆ। ਬਲੈਡਰ ਹੀ ਦੱਸਣ ਡਿਆ, ਵੇਖ ਕਿਤਨਾ ਕਿਤੇ ਐ ਠੋਗਿਆ ਪਿਆ ਤੇ, ਚੱਡਾ ਹੀ ਦੱਸਣ ਡਿਆ ਤੈਨੂੰ, ਦੱਸੀ ਗੱਲ ਜੀ। ਥਣਾਂ ਦੀ ਵੰਡ ਬਹੁਤ ਸੋਹਣੀ ਲੱਗੀ ਆ। ਲਓ ਜੀ, ਠੀਕ ਆ ਜੀ, ਜਿਵੇਂ ਭਾਊ ਜੀ ਹਮੇਸ਼ਾ ਕਹਿੰਦੇ ਹੁੰਦੇ ਵੀ ਇਹ ਕਪਾਹ ਦੀਆਂ ਪੰਡਾਂ ਪਾਈ ਖੜੀ। ਹਾਂ, ਹੁਣ ਆਪਾਂ ਚੋ ਚੋ ਕੇ ਵਿਖਾਉਣੀ ਸੀ, ਪਰ ਆਪਾਂ ਨੂੰ ਵੀਡੀਓ ਲੰਮੀ ਹੋ ਜਾਣੀ, ਤਦ ਕਰਕੇ ਉਤਨਾ ਹੈ ਚਵਾਉਣ ਵਾਲੀਆਂ ਸੀ, ਮਲ ਕਿਉਂ ਐ ਪੋਲੀਆਂ ਵਾ। ਲਓ ਵੀ ਹਾਂਜੀ, ਇਧਰ ਦੋਸਤੋ ਨਿਕਲ ਗਿਆ ਨਾ ਸੰਤੂ ਸਾਹਿਬ। ਹਾਂਜੀ ਹਾਂਜੀ,
ਬਾਕੀ ਇਹਦੀ ਫੁੱਲ ਗਰੰਟੀ 15 ਕਿਲੋ ਦੀ ਰਾਜ ਕੋਈ ਖੜਦਾ ਤੇ ਲਿਖ ਕੇ ਦੇਣ ਵਾਲੀ ਗੱਲ ਆ ਪਰ ਸੇਵਾ ਕਰੇ ਤੇ ਜੇ ਆਪਣੇ ਕੋਲ ਕੋਈ 2-4 ਦਿਨ ਰਹਿ ਜਾਂਦੀ ਤੇ ਫੇਰ ਆਪਾਂ ਮਤਲਬ ਕੀ ਚੱਕਰ ਹੈ ਚਵਾ ਕੇ ਦੇਵਾਂਗੇ। ਗਰਲਾਲ ਦਿੰਦਾ ਸੀ ਨਾ ਪਾਈਏ ਕਿ ਉਹ ਦੁੱਧ ਦੀ ਗਰੰਟੀ ਮਿਲੀ ਚਵਾ ਕੇ ਦੇਵਾਂਗੇ ਤੇ ਮੈਂ ਕਿਹਾ ਨਹੀਂ ਕੀ ਭੈਣ ਭਰਾ ਯਕੀਨ ਕਰਦੇ ਵੀ ਆ ਐਡਾ ਵਾ ਕਿਤੇ ਹਵਾ ਤੇ ਭਰੀ ਨੀ ਕੁੜੀ ਆ ਪੰਡ ਬੰਨੀ ਫਿਰਦੀ ਆ ਪੰਡ ਬੰਨੀ ਹਾਂਜੀ ਬਿਲਕੁਲ ਇੱਕ 12 ਵੀ ਦੇਵਾਂਗੇ ਸੰਦੂਸਾ ਲੈ ਹਾਂ ਨਾ ਹਾਂ ਨਾ ਇੱਕ 12 ਦੀ ਸਾਰੇ ਪੈਂਡੇ ਵੱਢ ਕੇ ਹਾਂ ਨਾ ਇੱਕ 10 ਦੀ ਰਾਜਸਾਂ ਦੇਵਾਂਗੇ ਭੱਜੀ ਜਾਂਦੀ ਆ ਮਖਲੋਵੇ ਹੀ ਨਾ ਦੇ ਆ ਬਟਲਾਡੇ ਤੱਕ ਮਖਲੋਵੇ ਹੀ ਨਾ ਦੇ ਬਾਕੀ ਕੀ ਨਾ ਰਾਜਸਾਂ ਸੇਵਾ ਵਾਲਾ ਕਰਨ ਬੰਦਾ ਵੇ ਸਾਡੇ ਤੋਂ ਲਿਖਾ ਕੇ ਲੈ ਜੇ 14 ਲੀਟਰ ਸੇਵਾ ਕਰੇ ਨਾ ਦੇਵੇ ਤੇ ਮੱਝ ਵਾਪਸ ਲਵਾਂਗੇ ਪਰ ਸੇਵਾ ਕਰੇ ਧਰਮ ਮਾਰਦੇ ਨਾਲ ਇਹ ਨੀ ਉਸ ਤਰ੍ਹਾਂ ਹੀ ਇਹਨੂੰ ਵੰਡ ਪਾਵੇ 5 ਕਿਲੋ ਜੇ 15 ਕਿਲੋ ਦੁੱਧ ਨਾ ਦੇਵੇ ਤੇ ਮੱਝ ਵਾਪਸ ਕਰਾਉ ਲੋਕ ਤੋਂ ਬਿਲਕੁਲ ਹਾਂਜੀ ਬਿਲਕੁਲ ਕਿਉਂ ਇੱਥੇ ਪੰਡਾਂ ਹੀ ਠਾਈ ਫਿਰਦੀ ਆ ਹੋਰ ਕਿਸੇ ਦੇ ਚੱਡੇ ਤੇ ਕਿਉਂ ਨੀ ਥਾਪੀਆਂ ਵੱਜ ਜਾਣੀਆਂ ਨਾ ਵੱਜ ਬਿਲਕੁਲ ਹਾਂਜੀ ਲਓ ਦੋਸਤੋ ਮੈਂ ਜਿਹੜੀ ਹੈਗੀ ਆ ਸੇਵਾ ਵਾਲੀ ਹਾਂਜੀ ਸੇਵਾ ਵਾਲੀ ਥਾਂ ਤੇ ਮੇਰੇ ਵੀਰ ਕੋਲ ਲੈ ਕੇ ਜਾਵੇ ਤੇ ਮੱਝ ਦੇ ਥੱਲੇ ਦੋ ਤੋਂ ਜਿੰਨਾ ਭਾਉ ਜੀ ਆਂਦਾ ਵੀ ਉਹਨਾਂ ਦਾ ਕੋਈ ਵੀਰ ਚੋ ਸਕਦਾ ਹਾਂ ਕਿਉਂ ਗੱਲਾਂ ਨਹੀਂ ਗਈਆਂ ਕਿੰਨਾ ਵੀ ਖੁੱਡੀ ਕਿਉਂ ਨਾ ਚੋਇਆ ਵਾ ਹਾਂ ਬਾਕੀ ਗੱਲ ਪਤਾ ਕੀ ਹੈ ਸੰਧੂ ਸਾਹਿਬ ਆਪਾਂ ਜੇ ਕੋਈ ਸਾਈ ਬੈਨਾ ਕਰਤਾ ਤੇ ਆਪਾਂ ਦੁੱਧ ਚਵਾ ਕੇ ਦੇ ਦਾਂਗੇ ਠੀਕ ਆ ਹੁਣ ਤੇ ਆਪਾਂ ਜੋ ਵੀ ਆ ਹੁਣ ਗੋਲੇ ਜਾ ਇੱਕਦਮ ਛਟਾੜਨਗੇ ਦੀ 10 ਹੋਊਗੀ 11 ਹੋਊਗੀ ਰਾਜਸਾਂ ਜਿੱਦਾਂ ਡੈਡੀ ਕਹਿਣ ਦੇ ਅਗਲਾ ਸੇਵਾ ਨਾ ਕਰੇ ਉਹ ਨਹੀਂ ਗੱਲ ਜਾਂ ਕੋਈ ਸਾਈ ਬੈਨਾ ਕਰ ਲੇ ਤੇ 14 15 ਲੀਟਰ ਦੁੱਧ ਚਵਾ ਲੈ ਤੇ ਮਨਾ ਦਾਂਗੇ ਆਪਾਂ ਮਨਾ ਦਾਂਗੇ ਜਾਂ ਜੇ ਵੀ ਇਹਨੇ ਕਾਰਡ ਦੀ ਧਾਰਾ ਮਾਰ ਕੇ ਲੈ ਰਹੀ ਬਿਲਕੁਲ ਜੇ 14 ਦੁੱਧ ਤੇ ਸਾਈ ਬੈਨਾ ਕਰ ਜੇ ਆਪਾਂ ਦੁੱਧ ਵੀ ਕਰ ਦਾਂਗੇ ਠੀਕ ਹੈ ਹੁਣ ਤੇ ਰਾਜਸਾਂ ਕੋਈ 10 ਹੋਵੇ 11 ਹੋਵੇ ਬੋਲਾ ਤੇ ਇੰਨਾ ਕਿਉਂ ਨਾ ਇਕਦਮ ਆਦੀ ਥੱਲੇ 12 ਕਿਲੋ ਆ ਗੱਲ ਗਲਤ ਨਹੀਂ ਕਰਨੀ ਬੋਲਾ ਵੇਖੋ ਜੀ ਹਾਂਜੀ ਹਾਂਜੀ ਬੋਲਾ 2-4-5 ਕਿਲੋ ਵੀ ਹੋ ਸਕਦਾ ਬਾਕੀ ਦੁੱਧ ਕਰਮ ਵਾਲੀ 15-14 ਵੀ ਚਵਾ ਸਕਦੇ ਪਰ ਅੱਗੇ ਮੇਰਾ ਵੀਰ ਕੋਈ ਚੰਗੀ ਖਾਤਰਦਾਰੀ ਕਰਨ ਵਾਲਾ ਆ ਰਾਜਸਾਂ ਪਿਓਰ ਦੂਜੇ ਸੂਏ ਸੂਈ ਆ ਇਹ ਆਪਣੀ ਸੂਈ ਆ ਕੱਲ ਸਵੇਰੇ ਇਹ ਕੱਲ ਦੀ ਸੂਈ ਆ ਕੱਲ ਸਵੇਰੇ ਸੂਈ ਰਾਜਸਾਂ ਉਹ ਮਗਰ ਕੱਟੀ ਆ ਦੀ ਦੂਜਾ ਸੂਆ ਤੇ ਕੱਲ ਹੀ ਸੂਈ ਆ ਮਗਰ ਵੀ ਕੱਟੀ ਆ ਗਈ ਮਗਰ ਕੱਟੀ ਆ ਦੀ ਠੀਕ ਆ ਜੀ ਹਾਂਜੀ ਹਾਂਜੀ ਤੇ ਆ ਤੁਸੀਂ ਕਰੋ ਚੈੱਕ ਠੀਕ ਆ ਜੀ ਕੋਈ ਵੀਰਾ ਵੀ 5 ਕਲਿਆਣੀ ਮੰਨ ਲੈ ਮਗਰ ਕੱਟੀ ਵੀ ਬਿਲਕੁਲ ਇਸੇ ਤਰ੍ਹਾਂ ਹੀ ਆ ਬਾਕੀ ਰੰਗ ਢੰਗ ਤੁਸੀਂ ਝੋਟੀ ਦਾ ਚੈੱਕ ਕਰੋ ਬਾਡੀ ਬੂਡੀ ਬੰਤਰ ਇਹਦੀ ਵੀ ਕਰਮਾਲੀ ਦੀ ਵੇਖੋ ਚਗਾਠਾ ਚਗੂਠਾ ਕਿੱਡਾ ਕਰਮਾਲੀ ਨੂੰ ਚੌੜਾ ਠੀਕ ਆ ਜੀ ਉੱਪਰੋਂ ਤੇ ਸੂਸ਼ਾ ਦੇ ਨਿਸ਼ਾਨ ਪੂਰਾ ਚਾਰੇ ਪੈਰ ਖੁਰ ਤੋਂ ਪੇਟ ਠੀਕ ਆ ਹਵਾਨੇ ਲਿਫਟੀ ਦੀ ਜੇਕਰ ਤੁਹਾਨੂੰ ਸਟਰਕਚਰ ਦੀ ਦੱਸੀਏ ਦੋਸਤੋ ਬਿਲਕੁਲ ਕਸਮੇ ਲੇਵੇ ਦੀ ਆ ਤੇ ਨਿੱਗਰ ਚੱਡੇ ਦੇ ਵਿੱਚ ਆ ਠੀਕ ਆ ਤੇ ਮਗਰ ਕੱਟੀ ਕਰਮਾਲੀ ਦੀ ਗਰਲਾਲ ਕੱਲ ਸੂਈ ਨਾ ਰਾਤੀ ਹਾਂਜੀ ਹਾਂਜੀ ਰਾਤੀ ਲਓ ਜੀ ਰਾਤੀ ਸੂਈ ਆ ਠੀਕ ਆ ਜੀ ਤੇ ਇਹਦੀ ਗਰਲਾਲ ਵੈਸੇ ਚਵਾਈ ਬੋਲੇ ਤੇ ਹੋ ਗਈ ਇੱਕ ਦੋ ਡੰਗ ਮੇਰੀ ਪਾਰੀ ਸਵੇਰੇ ਕੀਤੀ ਆ ਕੋਈ ਤਿੰਨ ਦੋ ਤਿੰਨ ਚਵਾਈਆਂ ਹੋ ਚੱਲੀਆਂ ਕੱਲ ਸਵੇਰ ਦੀ ਸੂਈ ਆ ਕੱਲ ਸ਼ਾਮੀ ਕੀਤੀ ਆ ਅੱਜ ਸਵੇਰੇ ਫੇਰ ਚੋਈ ਆ ਇਹਦੀਆਂ ਦੋ ਚਵਾਈਆਂ ਹੋ ਗਈਆਂ ਰਾਜਸਾਂ ਜੀ ਦੋ ਚਵਾਈਆਂ ਹਾਂ ਦੋ ਚਵਾਈਆਂ ਹੋ ਗਈਆਂ ਸੋ ਦੋ ਚਵਾਈਆਂ ਹੋ ਗਈਆਂ ਪੋਲੀ ਆ ਬਾਕੀ ਹਵਾਨਾ ਵੀ ਜਿਹੜਾ ਬਿਲਕੁਲ ਫਿਕਸ ਇੱਕ ਨਿੱਗਰ ਲੇਵਾ ਪਾ ਹਾਂ ਨਿੱਗਰ ਤੇ ਕਦੇ ਕੋਈ ਭਾਲਣੀ ਛਾਲਣੀ ਕਿਦੇ ਐ ਪੋਲੀ ਆ ਲਓ ਜੀ ਕਰੋ ਚੈੱਕ ਠੀਕ ਆ ਜੀ
ਲੋ ਬੱਚਾ ਨਾਲੋਂ ਨਾਲ ਹੀ ਦੋਸਤੋ ਦਿਖਾ ਲੈਂਦੇ ਆ ਤੁਹਾਨੂੰ, ਆਹ ਕਰੋ ਚੈੱਕ ਮਗਰ ਕੱਟੀ ਆ, ਆਹ ਕਰੋ ਚੈੱਕ ਠੀਕ ਆ ਜੀ, ਆਹ ਮਗਰ ਕੱਟੀ ਆ, ਨਾੜੂ ਵਿਖਾ ਦੋ ਨਾਲ ਕੱਲ ਸਵੇਰ ਦੀ ਸੂਈ ਗਿੱਲਾ ਨਾੜੂ ਬੱਚੇ ਦੇ ਨਾਲ ਤੋਂ ਦਿਖਾਈ ਦੇ ਰਿਹਾ ਸਾਰੇ ਵੀਰਾਂ ਨੂੰ, ਗਿੱਲਾ ਨਾੜੂ ਬੱਚੇ ਦੇ ਨਾਲ ਆ ਤੇ ਬੋਲੇ ਤੇ ਆ ਕੋਈ ਮਾਰਨਿੰਗ ਜਿਹੜੀ ਚਵਾਈ ਦੀ ਕੀਤੀ ਆ ਠੀਕ ਆ, ਤੇ ਚੋਣ ਜਣ ਭਾਉ ਜੀ ਫਿਰ ਨਿਕਲੀ ਆਪਣੀ, ਮੈਂ ਇੱਕ ਪੋਲੀ ਕਿਤੇ ਧਾਰ ਦਾ ਫਰਕ ਨਹੀਂ ਰਾਜਸਿਆਂ ਤੇ ਪੋਲੀ ਆ ਠੀਕ ਆ ਜੀ ਹਾਂਜੀ, ਤੇ ਇਹਦੀ ਭਾਉ ਜੀ ਕਿੰਨੀ ਕੀਮਤ ਆ, ਕਿੰਨੇ ਦੀ ਲੈਣ ਦੇਣ ਆ? ਇਹਦੀ ਕੀਮਤ ਤੇ ਭਾਵੇਂ ਆਪਾਂ 1-20 ਮੰਗੀਏ ਤੇ 1-15 ਹਾਂ ਨਾ, ਇਹ ਵੀ 1-10 ਦੀ ਦੇਣੀ ਰਾਜਸਿਆਂ, 1-10 ਹਾਂ 1-10 ਚ ਕੋਈ ਛੋੜ ਛੱਪਾ ਕਰ ਦਾਂਗੇ, ਛੋੜ ਛੱਪਾ ਹੀ ਆ ਕਿ ਖੱਲਾ ਡੱਲਾ ਕਰੀਏ ਕੰਮ, ਹਾਂ ਨਾ ਰਾਜਸਿਆਂ 1-5 ਦੀ ਦੇਵਾਂਗੇ ਲਾਸਟ 1-5 ਦੀ, ਹਾਂ ਲਓ ਜੀ ਹਾਂਜੀ, ਕੋਈ ਭਾਵੇਂ 7 ਦਿਨ ਚ ਹੋਵੇ ਸਾਈ ਪਾ ਕੇ 7 ਦਿਨ ਚ ਹੋਵੇ ਠੀਕ ਆ, ਕੋਈ ਬੋਲਾ ਇਹਦੇ ਥੱਲੇ ਮਤਲਬ 8-9 ਦੇ ਵਿੱਚ ਹੈ ਆ, ਤੇ ਆਪਾਂ 12-12 ਨਹੀਂ ਆਖਣੇ, ਜੋ ਹੈਗਾ ਉਹ ਦੱਸਣਾ ਵਾ, ਦੁੱਧ ਜਿਹੜੀ ਆ ਇਹ 12 ਮਣਾ ਦੇ, 13 ਮਣਾ ਦੇ, ਇਹ 11 ਮਣਾ ਦੇ। ਅੱਛਾ ਭਾਉ ਜੀ ਵੈਸੇ ਨਹੀਂ ਇਹ ਸੂਈ ਰਾਤ ਹੀ ਆ, ਅੱਜ ਕੱਲ ਸਵੇਰ ਦੀ ਸੂਈ ਆ, ਕੱਲ ਸਵੇਰੇ ਸੂਈ ਆ, ਮੈਂ ਕਿਹਾ ਤਾਂ ਦੋ ਡੰਗ, ਚਲੋ ਦੋ ਤਿੰਨ ਡੰਗ ਚਵਾਈ ਹੋ ਜਾਊਗੀ, ਆਪਾਂ ਕੱਲ ਸਵੇਰੇ ਸੂਈ ਆ ਤੇ 41 ਚਵਾਈ ਕੀਤੀ ਆ, ਅੱਜ ਸਵੇਰੇ ਫੇਮਲ ਕੱਢੀ ਆ ਤੇ ਉਹ ਜਿਹੜੀ ਆ ਉਹ ਰਾਤ 12 ਵਜੇ ਸੂਈ ਆ ਤੇ ਉਹ ਆਪਾਂ 2 ਕਿਲੋ ਹੀ ਬੋਲਾ ਕੱਢਿਆ ਤੇ ਕੱਟੀ ਨੂੰ ਪਿਆ, ਮੈਂ ਵੀ ਕਿਤੇ ਇਹਨਾਂ ਭਲੇਖ 'ਚ ਮੇਰੇ ਵੀਰ ਵੀ ਰਹਿੰਦੇ, ਨਾ 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 ਸਾਰੇ ਰਹਿ ਜਗੇ ਵੀ ਖਰੇ, ਇੱਕ ਟਾਈਮ ਭੌਣੇ ਚੋਈ ਤੇ 9-10 ਕਿਲੋ ਬੋਲਾ ਕਹੀ ਜਾਂਦਾ, ਰਾਜਸਿਆ ਆਪਾਂ ਗਲਤ ਤੇ ਕੰਮ ਕਰਨਾ ਨਹੀਂਗਾ, ਦੋ ਚਵਾਈਆਂ ਕੀਤੀਆਂ ਕਿਹੜੀ ਗੱਲੋਂ ਗਲਤ ਦੱਸਣਾ ਵਾ, ਹਾਂ ਸਚਾਈ ਦੱਸਣੀ ਆ, ਇਹ ਨਹੀਂ ਪਰਸੋਂ ਦੀ ਸੂਈ ਹੋਵੇ ਤੇ ਕੱਲ ਦੀ ਦੱਸਣਾ ਤੇ ਅੱਜ ਸੂਈ ਉਹਦੇ ਭਲਕੇ ਦੱਸਣਾ, ਇਹ ਕੰਮ ਨਹੀਂ ਰਾਜਸਿਆ ਕਰਨਾ, ਸਚਾਈ ਜਿਹੜੀ ਉਹ ਲੌਂਗ ਟਾਈਮ ਲੰਮਾ ਟਾਈਮ ਚੱਲਣੀ ਆਪਣੇ ਨਾਲ, 1 ਘੰਟਾ ਵੀ ਵੱਧ ਘੱਟ ਨਹੀਂ ਰਾਜਸਿਆ ਦੱਸਣਾ, 1 ਘੰਟਾ ਵੀ ਕੀ ਹੁੰਦਾ ਠੀਕ ਆ ਜੀ ਹਾਂਜੀ, ਲਓ ਵੀ 1-5 ਦੀ ਮਿਲੂਗੀ ਤੁਹਾਨੂੰ, ਹਾਂਜੀ 1-5 ਦੀ, ਹਾਂ ਕੱਟੀ ਆ ਹਾਂਜੀ, ਅੱਜ ਪੂਰੀ ਝੋਟੀ ਪੂਰੀ ਸਾਫ ਸੁਥਰੀ ਆ, ਕੱਦ ਵੱਡਾ, ਇਧਰੋਂ ਇੱਕ ਹੋਰ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ, ਇਹ ਵੀ ਤੁਸੀਂ ਕਰੋ ਚੈੱਕ, ਮੱਝ ਇਹ ਵੀ ਪੂਰੀ ਕਾਇਮ ਆਪਦੀ ਥਾਂ ਤੇ, ਭਾਉ ਜੀ ਦਾ ਸੂਆ ਕਿੰਨਾ ਹੋਊਗਾ? ਇਹਦਾ ਮਲਸੂਆ ਰਾਜਸਿਆ 3 ਹੈਗਾ, 3 ਦਿਨ, ਇਹਨੂੰ ਅੱਜ ਦਿਨ ਕਿੰਨੇ? ਇਹਨੂੰ ਅੱਜ ਜਾਂਦਾ ਵਾ 9-10 ਦਿਨ ਜਾਂਦਾ, ਲਓ ਜੀ 9-10 ਦਿਨ ਇਹਨੂੰ ਜਾਣ ਡਿਆ, ਤੇ ਸੂਆ ਮੇਰਾ ਭਰਾ ਕੋਈ 3 ਮੰਨ ਲੈ, ਸਿੰਗਲ ਹੱਡੀ ਦੇ ਵਿੱਚ ਆ, ਹਾਈਟ ਇਹਦੀ ਮੀਡੀਅਮ ਦੇ ਵਿੱਚ ਆ, ਤੇ ਬਾਕੀ ਜੰਮੀ ਪਲੀ ਗਰਮ ਵਾਲੀ ਪੂਰੀ ਗੋਲ ਆ ਠੀਕ ਆ ਜੀ, ਸੋ ਬੱਚੇ ਬੁੱਚੇ ਦਾ ਕਈ ਨਾ ਪਸ਼ੂ ਬਿਲਕੁਲ ਤਾਜ਼ੇ ਸੱਜਰ ਸੋਇਆ, ਬੱਚੇ ਦਾ ਜ਼ਿਆਦਾ ਕਰਦੇ ਆ, ਹਾਂਜੀ ਕੱਟੀ ਕੋਲ ਲੈ ਜਾ ਪਿੱਛੇ ਨੂੰ ਭੱਜਦੇ ਠੀਕ ਆ ਜੀ, ਹਾਂ ਆ ਦੇਖੋ ਕੱਟੀ ਵੀ ਦੱਸ ਦਿਓ, ਮਗਰ ਮਗਰ ਕੱਟੀ ਇਹਦੇ, ਇਹਦੇ ਥੱਲੇ ਜਿਹੜਾ ਵਾ ਮਤਲਬ 10-11.5 ਕਿਲੋ ਦੁੱਧ ਆ ਕੰਡੇ ਤੇ ਚੜਾਉਣ ਵਾਲਾ ਠੀਕ ਆ ਜੀ, 12 ਲੀਟਰ 12 ਲੀਟਰ ਲਓ ਜੀ, 12 ਲੀਟਰ ਦੁੱਧ ਆ ਦੋਸਤੋ ਕੰਡੇ ਵਾਲਾ, ਬੁੱਢੇ ਨੇ ਘੱਟ ਆਖਿਆ ਵਾਕਿਆ ਚੁੰਦਾ ਵੀ ਇਹੋ ਹੀ ਆ, ਲਓ ਵੀ ਗਰਲਾਲ ਨੇ ਫਟਾਕ ਦੱਸਦਾ, ਹਾਂਜੀ ਠੀਕ ਆ ਗੱਲ, ਬਾਪੂ 10 ਨਹੀਂ 12 ਚੁੰਦਾ ਹੋਆ ਨੇ, ਹਾਂ ਚੁੰਦਾ ਉਹ, ਬਾਕੀ ਆਪਾਂ 2-3 ਡੰਗ ਅਗਲਾ ਚੋ ਕੇ ਖੜੇ ਰਾਜਸਿਆਂ ਠੀਕ ਆ ਜੀ, ਇਹ ਥੋੜਾ ਆਪਾਂ ਮਤਲਬ ਉਹੀ ਦੱਸੀ ਜਾਣਾ ਇਹਦਾ 12 ਇਹਦਾ ਜਰਾ ਅਗਲਾ ਚੋ ਕੇ ਖੜੇ, ਲਓ ਜੀ ਲਓ ਦੋਸਤੋ, ਵੈਸੇ ਜਿਹੜੇ ਪਸ਼ੂ ਦਾ 8 ਕਿਲੋ ਬੋਲਾ ਉਹਨੂੰ 10 ਕਿਲੋ ਨਹੀਂ ਕਿਹਾ ਜਾਣਾ, ਕਦੀ ਵਾਸਤੇ ਨਹੀਂ ਰਾਜਸਿਆਂ, ਤੇ ਜਿਹਦੇ ਥੱਲੇ 12 ਕਿਲੋ ਉਹਨੂੰ 15 ਨਹੀਂ ਕਿਹਾ ਜਾਣਾ ਮੇਰੇ ਵੀਰੇ, ਉਹ ਇੱਥੇ ਚੋਣਾ ਪੈਂਦਾ ਚੋਗੇ, ਇੱਥੇ ਵੀਰ ਕੋਈ ਤਸੱਲੀ ਕਰਨ ਆਉਂਦੇ ਆ, ਹਾਂ ਤੇ ਚੋਗੇ ਆਪਾਂ ਹਮੇਸ਼ਾ ਕਿਹਨੇ ਤਸੱਲੀ ਕਰੋ, ਮਗਰ ਕੱਟੀ ਆ ਨਿਗਰ ਲੇਵਾ ਠੀਕ ਆ, ਕੋਈ ਮੰਡੀ ਦਾ ਮਾਲ ਭਾਵੇਂ ਅਗਲਾ ਚਾਰ ਜਿਨੀ ਆਪਾਂ ਹੈਗੇ ਰਾ ਵੇਖ ਕੇ ਨਾ ਕਵੇ ਕੋਈ, ਹਾਂ ਰਾਜ ਮਰਾ ਦਾਂਗੇ 12 ਲੀਟਰ ਦੇ ਠੀਕ ਆ ਜੀ, ਠੀਕ ਆ ਗੱਲ ਕਾਦੀ, 10 ਤੋਂ ਅੰਦਰ ਹੋਵੇ ਹੈਗਾ 12 ਵਾਂ, 10 ਤੋਂ ਅੰਦਰ ਹੋਵੇ ਤੇ 5000 ਰੁਪਇਆ ਕਿਲੋ ਮਗਰ ਛੱਡੀ ਜਾਊਗਾ, ਕਹਿਣ ਜਿਹਾ ਗੱਲ, 10 ਤੋਂ ਅੰਦਰ ਹੋਵੇ ਹੈਗਾ 12 ਵਾਂ, 10 ਤੋਂ ਅੰਦਰ ਹੋਵੇ ਮੱਝ ਫ੍ਰੀ ਬਣਾ ਦਾਂਗੇ, ਮੋਤ ਮੱਝ ਦੇ ਦਾਂਗੇ, ਦੋ ਟਾਈਮ ਕੰਡੇ ਤੇ ਚੜਾਵੇ, ਸਹੀ ਆ ਸਹੀ ਆ, ਹੋਰ ਇਹਨੂੰ ਕੀ ਵੱਡੀ ਕੋਈ ਗਰੰਟੀ ਆ, ਇਹਨੂੰ ਹੁਣ ਕਿਸੇ ਨੇ ਜਾਨ ਮੰਗਣੀ ਆ, ਹੈ ਗਲਤ ਨਹੀਂ ਰਾਜਸਿਆਂ, ਬਿਲਕੁਲ ਬਿਲਕੁਲ ਬਿਲਕੁਲ, ਰੇਟ ਕਰਨਾ ਆਪਾਂ, ਜੋ ਰੇਟ ਕਿਸੇ ਨੇ ਭੈਣ ਭਰਾ ਨਾਲ ਤੈਅ ਹੋ ਜਾਂਦਾ ਵਾ, ਉਹ ਤੋਂ ਜੇ ਘੱਟ ਦੁੱਧ ਨਿਕਲੇ 10 ਤੋਂ ਅੰਦਰ ਨਿਕਲੇ ਹੈਗਾ ਤੇ 11 ਤੋਂ ਬਾਹਰ 12 ਤੋਂ ਵੀ 10 ਤੋਂ ਅੰਦਰ ਨਿਕਲੇ, ਜੋ ਕਿਸੇ ਨਾਲ ਰੇਟ ਹੋ ਜਾਂਦਾ ਆਣ ਕੇ ਚੋਵੇ 10 ਤੋਂ ਅੰਦਰ ਨਿਕਲਦਾ 5000 ਰੁਪਇਆ ਛੱਡੂ ਕਿਲੋ ਮਗਰ, ਬਸ ਜੀ ਹਾਂਜੀ ਠੀਕ ਆ।
8 ਵਜੇ ਆਪਾਂ 8 ਦੱਸੀਏ, ਜੇ 11 ਵਜੇ ਆਪਾਂ 10 ਪੱਕਾ ਹੈਗਾ ਦੁੱਧ ਬਾਹਰ ਆ, ਕਿਉਂ ਚੈਲੰਜ ਕੀਤਾ ਵਾ 10 ਤੋਂ ਬਾਹਰ ਦੁੱਧ, 10 ਤੋਂ ਅੰਦਰ ਉਹਦੇ 5000 ਰੁਪਏ ਛੱਡਣਾ। ਚਲੋ ਠੀਕ, ਜਿੰਨੇ ਦਾ ਸੌਦਾ ਹੋ ਜੀ ਬਸ ਜੀ ਬਸ। ਹਾਂਜੀ ਚੱਲ ਬਲਡੋਜ਼ਰ, ਇਹ ਗੱਲਾਂ ਨੇ ਤੇ ਨਾਲ ਦੀ ਨਾਲ ਹੀ ਬਾਤ ਕਰਨੀ ਠੀਕ ਆ ਜੀ। ਸ਼ੋਰਟੀ ਤਸੱਲੀ ਆ, ਜਿੰਨੀ ਕੋਈ ਦੇ ਸਕਦਾ ਆਪਦੇ ਵੱਲੋਂ ਪੂਰੀ ਖਿਚਵੀ ਆਪਦੇ ਵੱਲੋਂ ਤਸੱਲੀ ਦੇ ਰਿਹਾ। ਬਾਕੀ ਜਿਹੜਾ ਆਹ ਥਣ ਨਿੱਕਾ ਜਾਪਦਾ ਭੋਰਾ, ਕਿ ਜਦੋਂ ਇਹ ਪਸਮਦੀ ਨਾ ਜਿਤਰਾ ਕੱਛੂ ਕੁਮਾ ਦਾਤੀ ਕੱਢਦਾ ਨਾ ਬਰਾਬਰ, ਹਾਂ ਇੱਕ ਧਾਰ ਦਾ ਫਰਕ ਨਹੀਂ, ਕਈ ਰਮਲ ਹੁੰਦਾ ਨਾ ਭੈਣ ਭਰਾ ਨੂੰ ਦੱਸਣਾ ਪੂਰਾ ਮਲ। ਆਹੋ ਹਾਂਜੀ ਠੀਕ ਆ, ਸਿਆਣੀ ਗੱਲ ਹੈ। ਹਾਂਜੀ ਲਓ ਵੀ ਅੱਗੇ ਦੋਸਤੋ, ਇੱਕ ਚੌਥੇ ਨੰਬਰ ਤੇ ਮੱਝ ਤੁਹਾਨੂੰ ਦਿਖਾਉਣੇ ਆ ਪੂਰੀ ਹੈਵੀ ਬਾਡੀ ਵੇਟ। ਇਹਦਾ ਰੇਟ ਰਾਜਸਿਆ ਫੇਰ ਰਹਿ ਗਿਆ, ਤਿੰਨ ਦਾ ਘੁੰਮ ਘੁੰਮ ਕੇ ਰੇਟ ਤੇ ਗੱਲ ਫੇਰ ਆਈ ਦੀ। ਆਖਣੇ ਮੈਂ ਸ਼ਾਂਤ ਦਾ ਇਹ ਹਾਂ ਨਾ ਰਾਜਸਿਆ ਸਾਰੇ ਪਾੜੇ ਵੱਢ ਕੇ ਕਿਹ ਰਹੇ ਆਪਾਂ ਪੰਜ ਸ਼ਨਾਨਾ ਕਰਨੀਆਂ, ਕੀ ਨਾ ਵਾ ਇਹ 75000 ਦੀ ਦੇ ਲੈ ਆਈ, 75 ਦੀ 75 ਦੀ ਦੇ ਲੈ ਆਈ, ਲੈ ਵੀ ਨਹੀਂ ਮਹਾਰਾਜ 73000 ਦੀ ਦੇਵਾਂਗੇ, 73 ਦੀ ਵੇਖੋ ਚਿਹਰਾ ਮੋਹਰਾ ਚੈੱਕ ਕਰੋ, ਬਾਕੀ ਥਣਾ ਥੁਣਾ ਦੀ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਿੰਦੇ ਆਪਾਂ, ਆਹ ਕਰੋ ਚੈੱਕ ਠੀਕ ਹੈ। ਤੇ ਬਾਕੀ ਨਾਲ ਦੀ ਨਾਲ ਹੀ ਮੇਰੇ ਵੀਰੋ ਜਿਹੜੀ ਆਪਾਂ ਤੁਹਾਨੂੰ ਤਸੱਲੀ ਦਿੱਤੀ ਜਾਂਦੇ ਆ, ਉਸ ਤਸੱਲੀ ਦੇ ਭਾਊ ਨੋਕ ਸਿੰਘ ਹੋਣੀ ਵੀ ਖੜੇ ਆ, ਇੱਥੇ ਆਓ ਆਪਣੀ ਤਸੱਲੀ ਕਰੋ। ਭਾਊ ਜੀ ਆਹ ਆਪਣੇ ਕੋਲ ਬਲਡੋਜ਼ਰ ਕਹਿੰਦੇ ਜੇ, ਹਾਂਜੀ ਇਹ ਬਲਡੋਜ਼ਰ ਹੀ ਆ ਗਿਆ, ਹੈ ਬਲਡੋਜ਼ਰ ਹੀ ਆ ਤੇ, ਲਓ ਜੀ ਇਹਦਾ ਹੈ ਬਲਡੋਜ਼ਰ ਹੈ ਰਾਜ ਸਿਆ। ਇਹ ਸੂਆ ਵੈਸੇ ਕਿੰਨਾ, ਇਹਦਾ ਸੂਆ ਕੋਈ ਤੀਜਾ ਲਾਵੇ ਭਾਵੇਂ ਚੌਥਾ ਲਾਵੇ ਰਾਜ ਸਿਆ ਭੈਣ ਭਰਾਵਾਂ ਤੇ ਆ। ਅੱਛਾ ਜੀ, ਤੇ ਗਰਲਾ ਵਾਲੇ ਸੂਈ ਅੱਜ ਹੀ ਤਾਜ਼ੀ ਹੈ ਵੀ ਕਿੰਨੇ ਕੁ ਦਿਨਾਂ ਦੀ? 10-12 ਦਿਨ ਦਾ, 12 ਦਿਨ ਹਫਤਾ ਹਫਤਾ ਹੋ ਗਿਆ। ਹਾਂ ਇੱਥੇ ਲਓ ਜੀ, ਮਗਰ ਬੱਚਾ ਇਹਦੇ, ਲਓ ਜੀ ਮਗਰ ਕੱਟਾ ਤੇ ਕਰਮ ਵਾਲੀ ਦਾ ਚੱਡਾ ਤੁਸੀਂ ਲੇਵਾ ਵੇਖੋ। ਇਹ ਨਹੀਂ ਗੱਲ ਵੀ ਜੇ ਉੱਤੋਂ ਭਲਵਾਨ ਦੇ ਡੌਲੇ ਆ ਤੇ ਥੱਲੇ ਪੱਟ ਕਮਜ਼ੋਰ, ਨਹੀਂ ਨਹੀਂ ਇਹ ਤੇ ਨਸੀ ਗੱਲ ਆ ਵੇਖੋ ਠੀਕ ਆ ਜੀ। ਬੱਚਾ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਣੇ ਆ, ਆਹ ਕਰਿਓ ਚੈੱਕ ਕੋਈ 10-12 ਦਿਨਾਂ ਦਾ ਆਹ ਕੱਟਾ ਵੇਖੋ। ਬੱਚਾ ਜੀ ਗਰਲਾਲ ਇੱਕ ਮਿੰਟ ਰੋਕੀ ਵੀਰੇ ਮੈਂ ਇਹਨੂੰ, ਆਹ ਲਓ ਜੀ ਥੋੜਾ ਜਿਹਾ ਇਹਨੂੰ ਮਾੜਾ ਜਿਹਾ ਹੋਰ ਘੁਮਾ ਦਈਏ ਮੱਝ, ਹੈ ਪਰਾਂ ਨੂੰ ਘੁਮਾ ਦੇ ਪੁੱਤ, ਆਹ ਕਰੋ ਚੱਕ ਜੀ। ਤੇ ਭਾਉ ਜੀ ਤੇ ਥੱਲੇ ਦੁੱਧ ਵੈਸੇ ਆਪਾਂ ਜਿਹੜਾ ਬਿਲਕੁਲ ਆਪਾਂ ਕਹਿ ਦਿਆ ਵੀ ਐ ਮਿੰਤੀ ਗਿੰਤੀ ਕਿੰਨਾ ਦੁੱਧ ਦੇ ਥੱਲੇ ਰਾਜ, ਥੱਲੇ 11 ਲੀਟਰ ਦੁੱਧ ਦੱਸਦਾ ਲਓ ਵੀ ਗਰਲਾਲ 11 ਤੋਂ ਬਾਹਰ ਆ, ਇਹ ਡਰਦੇ ਕਿਉਂ ਦੱਸਦੇ ਅਸੀਂ ਚੋਣਾਂ ਦਾ, ਬਿਲਕੁਲ ਜੀ ਦੁੱਧ ਬਾਹਰ ਇਹ ਸਹੀ ਗੱਲ ਵੀਰ, ਨਹੀਂ 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 ਬਿਲਕੁਲ ਜੀ ਦੁੱਧ ਤੇ 12 ਤੋਂ ਬਾਹਰ ਉਹ ਇਹ ਡਰਦੇ ਕਿਉਂ ਦੱਸਦੇ ਰਾਜ ਸਿਆ ਆਪਾਂ ਚਵਾਉਣਾ ਵਾ, ਚਵਾਉਣਾ ਜੀ ਹਾਂ ਚਵਾਉਣਾ ਵਾ, ਚਵਾਉਣਾ ਕੋਈ ਚਾਵੇ ਚੋਵੇ ਤੇ ਮਲ 3-5 ਕਿਲੋ ਦੁੱਧ ਵੱਧ ਨਿਕਲੇ। ਹਾਂ ਇੱਕ ਭਾਉ ਜੀ ਗੱਲ ਹੋਣੀ, ਕਹਿੰਦੇ ਤੇ ਜੇ ਵੀ ਰਾਜ ਸਾਹਿਬ ਜੇ 10 ਕਿਲੋ ਕਿਹਾ ਤੇ ਛਟਾਂਕ ਅੰਦਰ ਤੇ ਛਟਾਂਕ ਬਾਹਰ ਵਾਲੀ ਗੱਲਬਾਤ ਆਪਾਂ ਪੱਕਾ ਦੱਸਣਾ, ਮਲ ਘੱਟ ਦੱਸਣਾ ਵਾ ਕਿਉਂ 11 ਕਿ ਦੁੱਧ ਤੇ 12 ਵਾ, ਆਪਾਂ 11 ਕਿਉਂ ਆਨੇ ਅਗਲੇ ਭੈਣ ਭਰਾ ਨੇ ਚੋਣਾ ਵਾ, ਚੋਣਾ ਹਾਂ ਚੱਕ ਬਿਲਕੁਲ ਜੀ ਬਿਲਕੁਲ। ਲਓ ਵੀ ਭਰਾਵੋ ਵੈਸੇ ਥਣ ਚੱਡੇ ਦੀ ਪੂਰੀ ਕਮਾਲ ਆ, ਹਾਈਟ ਮੀਡੀਅਮ ਆ ਪਰ ਡਬਲ ਪੂਰੀ ਆ, ਬੰਟਰ ਬੁੰਟਰ ਦੀ ਪੂਰੀ ਰਾਜੀ ਆ, ਪੋਲੀ ਪਾਲੀ ਆ, ਧਾਰ ਨਾ ਧਾਰ ਅਗਲੇ ਨਾ ਅਗਲਾ ਪਿਛਲੇ ਨਾ ਪਿਛਲਾ ਬਰਾਬਰ ਆ, ਤੇ ਕਿ ਧਾਰ ਦਾ ਫਰਕ ਨਹੀਂ ਗਾ, ਪੋਲੀ ਆ ਭਾਵੇਂ 2 ਸਾਲ ਦਾ ਨਿਆਣਾ ਥੱਲੇ ਬਿਠਾ ਦੋ ਉਹ ਵੀ ਚੋ ਹਾਕਦਾ ਇੰਨੀ ਕੁ ਪੋਲੀ ਆ। ਲਓ ਜੀ ਕਰਮ ਵਾਲੀ ਬਿਲਕੁਲ ਪੀਪੇ ਤੇ ਪੀਪੇ ਭਰ ਦੂਗੀ ਗਾਂ ਵਾਲੇ ਸਮੇਂ ਜਾਂ ਸਿਆਲ ਦੇ ਵਿੱਚ ਘਿਓ ਦੇ ਦੇਸੀ ਦੇ। ਭਾਉ ਜੀ ਇਹਦਾ ਮੁੱਲ ਮੁੱਲ ਇਹਦਾ ਨਾ ਮਲ ਜਾਣਦੀ ਹੈ 85 ਦੀ 80 ਦੀ 80000 ਦੀ ਦੇਣੀ ਜੀ, ਵੇਖ ਲਾ 4000 ਦੀ ਰਾਜ ਸਿਆ ਕਿਰਪਾ ਮਾਲਕ ਦੀ ਤੇ ਮਗਰੇ ਵਾਪਰਸ ਨੂੰ ਫੇਰ ਪਾਈਏ ਤੇ 200 ਰੁਪਇਆ ਜੋੜੀ ਛੋੜੀ ਮੁੰਡਾ ਤੇ ਵੇਹਦਾ ਹੀ ਰਹਿ ਗਿਆ, ਬਾਪੂ ਨੇ ਕੀ ਕਰਤਾ ਕੋਈ ਗੱਲ ਨੀ, ਕੋਈ ਗੱਲ ਨੀ ਕੋਈ ਕਸਰਾ ਨੀ ਭਾਵੇਂ ਅਗਲਾ 7 ਚਵਾਈਆਂ ਰਾਜ ਸਿਆ ਕਰੇ 7 ਚਵਾਈਆਂ। ਹਾਂ ਲਓ ਜੀ ਦੱਸੋ
ਬਾਕੀ ਚਵਾਈਆਂ ਤੁਸੀਂ ਕਰਨੀਆਂ ਨੇ 78,000 ਦੀ ਮਿਲ ਜੂਗੀ, ਵਿੱਚੋਂ 200 ਰੁਪਈਆ ਛੋਟ ਆ। ਮੱਝ ਤੁਸੀਂ ਪ੍ਰੋਪਰ ਦੇਖ ਲਈ ਆ, ਸੋ ਹੱਡਾਂ ਪੈਰਾਂ ਦੀ ਬੜੀ ਖੁੱਲੀ ਆ, ਪੂਰੀ ਡਬਲ ਆ, ਠੀਕ ਆ ਜੀ। ਆਣ ਕੇ ਤਸੱਲੀ ਕਰਿਓ, ਇੱਕ ਆਹ ਤੁਹਾਨੂੰ ਵਿਖਾਉਣੇ ਆਪਾਂ, ਠੀਕ ਆ ਜੀ। ਆਉਂਦਿਆਂ ਨੂੰ ਚਾਹ ਪਾਣੀ ਪਿਆ ਕੇ ਸਭ ਕੁਝ ਕਰਕੇ ਮੁੱਲ ਟੋਕ ਕੇ 500 ਰੁਪਈਆ ਦੇ ਕੇ ਦੁੱਧ ਪਵਾ ਕੇ ਰਾਹੇ ਪਏ, ਆਹ ਮੱਝ ਤਾਂ ਰੁਕੀ ਆ। ਆਪਾਂ ਪਾਈ ਸੀ ਇਹ ਪਾਈ, ਕਿਉਂ ਸਚਾਈ ਦਾ ਆਦਾ ਵੀਰ ਮੇਰੇ ਸੁਣ ਲੈਣ ਨਹੀਂ। ਲਓ ਦੱਸੋ, ਆ ਵੀ ਗੱਲਾਂ ਨਾਲ ਦੀ ਨਾਲ ਕਹਿ ਤਾਂ ਦੇਣਾ ਕਿਸੇ ਨੂੰ, ਨਹੀਂ ਤੇ ਜੂ ਕਿੰਤੂ ਪਰੰਤੂ। ਤੇ ਚਵਾਈ ਵਿੱਚ ਤਾਂ ਨਹੀਂ, ਚਵਾਈ ਵਿੱਚ ਤਾਂ ਨਹੀਂ ਅਨਫਿਟ ਹੋਈ ਮੈਂ ਨਾ ਚੋ ਕੇ ਮੋਗਾ ਦੇ ਤੇ ਦੁੱਧ ਅਹੀਂ ਕਿ ਭਾਵੇਂ 7 ਦਿਨ ਚੋ। ਦੁੱਧ ਕਿੰਨੇ ਤੇ ਆਪਾਂ ਸ਼ਹਿਦੀ ਦਿੱਤੀ ਸੀ? 11 ਕਿਲੋ ਤੇ, 11 ਦਿੱਤੀ ਸੀ। 3:30 ਵਜੇ ਨੇ 5 ਕਿਲੋ ਦੁੱਧ ਕੱਢਿਆ, 5 ਕਿਲੋ ਡਿੱਗੀ ਜਨਾਬ ਦੁੱਧ ਪਾਵੇ 3:30 ਵਜੇ। ਅਗਦੀ ਚਵਾਈ ਹੋ ਗਈ ਪਹਿਲੀ ਦਿੱਤੀ ਆ। ਅਹੀਂ ਕਿ ਭਾਵੇਂ 7 ਚਵਾਈਆਂ ਕਰੋ। ਦੱਸੋ ਇਹ ਕੰਮ ਵੈਸੇ ਚਲੋ ਸਿਆਣੀ ਗੱਲ, ਮੁੜ ਕੇ ਕੀ ਸਾਨੂੰ ਆਰਤੀਏ ਤੋਂ ਪੈਸੇ ਨਹੀਂ ਲੱਭਣ ਦਾ ਫਲਾ ਆਏ ਕੀ ਲੈਣ? ਪਹਿਲਾ ਬੰਦਾ ਜੇਬ ਵੇਖੇ, ਮੇਰੀ ਜੇਬ ਚ ਪੈਸੇ ਹੈਗੇ ਆ, ਮੱਝ ਫੇਰ ਡਕਾਵੇ। ਸਹੀ ਹੈ ਜੀ। ਵੇਖੋ ਦੋਸਤੋ, ਆ ਕਿਸੇ ਕਾਰਨ ਕਰਕੇ ਪਸ਼ੂ ਡੱਕੇ ਜਾਂਦੇ ਆ, ਵਪਾਰ ਦੀ ਲੈਣਾ, ਚਲੋ ਵਿਖਾ ਕੇ ਹੋਰਾਂ ਨੂੰ ਵੀ ਨਾ ਕਰਨੀ ਪੈਂਦੀ ਆ ਵੀ ਪਸ਼ੂ ਸਾਡਾ ਵਿਕ ਗਿਆ। ਹਾਂ ਸਹੀ ਗੱਲ ਹੈ ਵੀਰੇ, ਬਾਅਦ ਵਿੱਚ ਅਗਲਾ ਵਪਾਰੀ ਆ ਚਾਹੇ ਕੋਈ ਕਾਰੀ ਵੀ ਆ ਵੀਰ ਖਰਾਬ ਹੁੰਦਾ, ਧਾਰਾ ਮਾਰ ਕੇ ਦਿਖਾ ਦਿੰਦੇ ਵੀ ਕਿਸੇ ਵੀਰ ਨੂੰ ਕੋਈ ਸ਼ੱਕ ਨਾ ਰਹੇ ਵੀ ਕਿਤੇ ਫੇਲ ਆ। ਮੈਂ ਨਾ ਮੁੰਡੇ ਨੇ 3:30 ਵਜੇ ਚੋਈ ਐ ਬਾਲਟੀ ਛਾਂ ਛਾਂ ਕਰਦੀ, ਹੁਣ ਵੀ ਪਹੁੰਚ 10-11 ਜਾ 11 ਕਿਲੋ 12 ਦੁੱਧ 12 ਲੀਟਰ ਆ, 11 ਤੋਂ ਅੰਦਰ ਹੋਵੇ ਤੇ ਇਹਦਾ ਵੀ 5000 ਰੁਪਈਆ ਹੀ ਲੈ। ਹਾਂ ਲਓ ਵੀ ਭਰਾਵੋ, ਕੋਈ ਕਿਲੋ ਮਗਰ ਕੋਈ 5000 ਉੱਡਦਾ ਜਾਣਾ, ਦੱਸ ਦੇ ਤਾਂ ਆਪਾਂ ਐਵੇਂ ਨਜਾਇਜ਼ ਗੱਲ ਨਹੀਂ ਹੈਗੀ। ਰਾਜਸਾ ਤੂੰ ਕਿੰਨੀਆਂ ਕੁ ਵੀਡੀਓ ਕੋਈ 5000 ਦਾ ਚੈਲੰਜ ਕਰਦਾ ਦੱਸ ਦੇ? ਨਾ ਜੀ ਕੋਈ ਵੀ ਨਹੀਂ। ਨਾ ਜੀ ਕਰਦਾ ਤਾਂ ਦੱਸ ਦੇ ਕਿਉਂ ਕਰਦੇ ਆ? ਧੱਪ ਚੜਦਾ ਹੈ ਗੱਲ ਦਾ, 500 ਦੇ ਕੇ ਮੱਝ ਡਕਾ ਕੇ ਮੁੜ ਕੇ ਮੱਝ ਨਾ ਖੜਨੀ। ਬਿਲਕੁਲ ਬਿਲਕੁਲ ਬਿਲਕੁਲ, ਇਹ ਬੰਦਿਆਂ ਵਾਲੀ ਗੱਲ ਨਹੀਂ ਗੀ ਵੀਰ ਮੇਰੇ। ਲਓ ਜੀ ਇਨਸਾਨ ਆ, ਵੇਖੋ ਜੀ ਉਹ ਵੀ ਇਨਸਾਨ, ਆਪਾਂ ਵੀ ਇਨਸਾਨ, ਗੁੱਸਾ ਤਾਂ ਆਉਂਦਾ ਆਉਂਦਾ ਗੁੱਸਾ, ਪਰ ਮੇਰੇ ਵੀਰੋ ਗੱਲ ਜਾਇਜ਼ ਹੀ ਕੀਤੀ ਜਾਵੇ ਤੇ ਬਾਲੀ ਵਧੀਆ ਗੱਲ ਆ, ਕਿਉਂਕਿ ਉਹ ਗੱਲ ਕਹਿੰਦੇ ਨਾ ਵੀ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਦਿੰਦੀ, ਤੜਵਾ ਦਿੰਦੀ ਆ। ਤੇ ਮੇਰਾ ਵੀਰੋ ਪਹਿਲਾਂ ਹੀ ਉਨੀ ਕੋਟੀ ਦੀ ਗੱਲ ਆਪਾਂ ਕਰੀਏ, ਕਿਸੇ ਵੀਰ ਨੂੰ ਹੱਥ ਜੋੜ ਕੇ ਬੇਨਤੀ, ਆਪਣੀ ਜਿੰਨੀ ਵੀ ਸੰਗਤ ਆ, ਜਿੰਨੇ ਵੀ ਭੈਣ ਭਰਾ ਆਪਣੇ ਸੱਜਣ ਨਾਲ ਜੁੜੇ ਆ, ਇਹ ਦੁਕਾਨਦਾਰੀ ਆ, ਇਹ ਜੀਏ ਆਖਣਾ ਪੈਣਾ, ਜੀਏ ਆਖਾਂਗੇ ਤੇ ਅੱਡਾ ਫੇ ਚੱਲਦਾ ਰਾਜਸਿਆ। ਹਾਂਜੀ ਹਾਂਜੀ। ਜਿੱਡਾ ਮਰਜ਼ੀ ਕੋਈ ਸੱਚਾ ਤੇ ਜਿੱਡਾ ਮਰਜ਼ੀ ਕੋਈ ਝੂਠਾ, ਤੇ ਮੇਰੇ ਵੀਰੋ ਜਿਹੜੀ ਇੱਥੇ ਆਣ ਕੇ ਤਸੱਲੀ ਕਰ ਲੈਣੀ ਆ, ਉਹਦੇ ਵਰਗੀ ਰੀਸ ਵੀ ਨਹੀਂ ਹੈਗੀ, ਆਪਾਂ ਵਾਰ ਵਾਰ ਕਹਿੰਦੇ ਆ, ਤੇ ਬਾਅਦ ਵੀ ਵਿੱਚ ਵੀ ਕੋਈ ਮੈਨੂੰ ਕਹੇ ਵੀ ਉੱਥੇ ਗਏ ਸੀ ਠੱਗੀ ਹੋ ਗਈ ਤੇ ਵੀਰੇ ਇਹ, ਫਿਰ ਮੈਂ ਵਾਰ ਵਾਰ ਕਹਿੰਦਾ ਤੇ ਫਿਰ ਉਹਦਾ ਫਾਇਦਾ ਤਾਂ ਹੈਗਾ ਨਹੀਂ। ਫਿਰ ਗਲਤ ਗੱਲ ਗਰਲਾਸ ਆਪਣੇ ਰਾਜਸ਼ਾਹ ਜਿਹੜਾ ਤੈਨੂੰ ਆਖੀ ਜਿਹੜਾ ਇਹ ਜੋ ਆਪ ਕੀ ਕਿਹੜੇ ਪਹੁਦੀ ਹੁਣ ਦੱਸਣੀ ਡਿਟੇਲ ਤੇ ਚੋਣਾ ਅਗਲੇ ਦਾ ਫਰਜ਼ ਬਣਦਾ। ਹਾਂਜੀ ਹਾਂਜੀ, ਆਪਣਾ ਕੰਮ ਹੁੰਦਾ ਵੀ ਵੀਡੀਓ ਦੇ ਵਿੱਚ ਤੁਹਾਨੂੰ ਖੁੱਲ ਕੇ ਤਸੱਲੀ ਨਾਲ ਰਾਜਸ਼ਾਹ ਹੈ ਕੋਈ ਧਾਰ ਮੋਟੀ ਨਿੱਕੀ ਹੈ ਕੁੜੀ ਆ ਜਿੱਦਾਂ ਕੁੜੀ ਹੈ ਵੀ ਥਾਨ ਓਡੀ ਮੋਟੀ ਤਾਂ ਲਾਤਾਰ ਕੇ ਥਾਨ ਕੱਢਦੀ ਆ। ਲਓ ਜੀ ਠੀਕ ਆ ਤੁਸੀਂ, ਹਾਂ ਬਹੁਤ ਵਧੀਆ ਵੀਰੇ, ਚੰਗੀ ਆਪਣੇ ਆਪ ਧਾਰਾਂ ਵਗਦੀਆਂ ਤੈਨੂੰ ਦੱਸੀ ਗੱਲ ਨਹੀਂ ਪੋਲੀ ਐ ਚੁਗਾਈ ਧਾਰਾ ਮਾਰ ਕੇ ਵੇਖੋ, ਭਾਵੇਂ ਦੋਹਾਂ ਥਾਣਾ ਮੈਂ ਫੜਦਾ, ਮਤਲਬ ਦੋਹਾਂ ਥਾਣਾ ਦੀਆਂ ਕੱਢ ਕੇ ਵੇਖੋ ਕਿਤੇ ਮਤਲਬ ਕੋਈ ਗੱਲ ਹੀ ਬਾਤ ਹੀ ਨਹੀਂ ਮਤਲਬ। ਲਓ ਜੀ ਜਦੋਂ ਪੈਸੇ ਲੈਣੇ ਆਪਾਂ ਕਿਹੜੀ ਗੱਲ ਨੂੰ ਝੂਠ ਮਾਰਨਾ, ਪਰਲਾ ਮਗਲਾ ਰਹਿ ਗਿਆ ਉਹਦੀ ਮਾਰ ਲਿਓ, ਇਹ ਮਾਰ ਲਈ ਆ ਮੋਗਾ ਵਾ ਤੇ ਮੋਗਾ ਗੁੱਸਾ ਪਤਾ ਭਾਜੀ ਕੀ ਹੈ ਕਿਹੜੀ ਗੱਲ ਆਉਂਦਾ ਸੰਧੂ ਸਾਹਿਬ, ਬੰਦਾ ਉਦੋਂ ਦੁੱਧ ਨਾ ਪਵਾਵੇ ਉਦੋਂ ਜੇ 500 ਰੁਪਏ ਦੇਤਾ ਬੰਦਾ ਕਹਿੰਦਾ ਮੇਰੇ ਪਾਸ ਜੀ ਭਾਜੀ ਮੱਝ ਨਹੀਂ, ਕੋਈ ਕਹਦੇ ਮੇਰੇ ਨਹੀਂ ਚੱਲਦੀ ਹੈ ਨਾ, ਆਪਣਾ 500 ਰੁਪਏ ਲੈ ਦੁੱਧ ਪਵਾ ਕੇ ਬੰਦਾ ਯਾਰ ਨਹੀਂ ਦੁੱਧ ਉਤਰਾ ਲੈ ਜਾਂਦਾ, ਦੁੱਧ ਦੀ ਕਿਹੜੀ ਗੱਲ ਸੀ। ਨਹੀਂ ਨਹੀਂ ਭਾਜੀ ਚਲੋ ਤੁਹਾਡੀ ਗੱਲ ਟੋਕਦੇ ਆ, ਹਾਂਜੀ ਉਹ ਸਿਆਣਿਆਂ ਦੀਆਂ ਕਈਆਂ ਕਹਾਵਤਾਂ ਹੁੰਦੇ ਵੀ ਚਾਦਰ ਵੇਖ ਕੇ ਪੈਰ ਪਸਾਰੋ,
ਹਾਂ ਹਰ ਇੱਕ ਦੇ ਘਰੇ ਦੁੱਧ ਪਹੁੰਚੇ, ਤੁਹਾਡਾ ਵੀ ਤੁਸੀਂ ਵੀ ਕਿੱਤਾ ਸ਼ੁਰੂ ਕੀਤਾ ਵੀ ਨਾਲੇ ਤੁਸੀਂ ਦੁੱਧ ਪਿਉਣ ਡਿਆ ਜੀ। ਹਾਂਜੀ ਤੇ ਚਾਦਰ ਵੇਖ ਕੇ ਪੈਰ ਪਸਾਰੋ ਤੋਂ ਭਾਵੇ ਵੀ ਇੱਕ ਵਾਰੀ ਦੇਖ ਲਓ ਵੀ ਜੇਬ ਦੇ ਵਿੱਚ ਉਹਨੇ ਇੱਕ ਖਰਚ ਕਰਨ ਨੂੰ ਆਪਣੀ ਮਾਇਆ ਹੈਗੀ ਆ, ਨਹੀਂ ਹੈਗੀ ਤੇ ਕਿਸੇ ਨੂੰ ਖਰਾਬ ਨਾ ਕਰੋ ਨਹੀਂ ਹਨਾ। ਉੱਥੇ ਹੁਣ ਬੰਦਾ ਫੋਨ ਤੇ ਆਦੇ ਸਾਡੇ ਤੋਂ ਪੈਸੇ ਨਹੀਂ ਹੋਏ ਭਰਾ, ਉਹ ਨਾ ਮੱਝ ਦਾ ਕਿ ਉਹ ਮੱਝ ਵੇਚ ਲਈ, ਵੇਚ ਲਓ ਕੋਈ ਗੱਲ ਹੀ ਨਹੀਂ ਜਰਾ, ਅਸੀਂ ਉਹਨਾਂ ਦਾ 500 ਵੀ ਮੋੜ ਦਿੰਦੇ ਕੋਈ ਗੱਲ ਹੀ ਨਹੀਂ। ਮੰਨ ਲਓ ਵੀ ਉਹ ਦੂਜੇ ਤੀਜੇ ਦਿਨ ਆ ਜਾਣ ਪੈਸੇ ਇਕੱਤਰ ਕਰਕੇ, ਉਹ ਆਖਣ ਵੀ ਭਾਉ ਜੀ ਲਿਆਓ ਮੱਝ ਕਿੱਥੇ ਗਈ, ਤੁਸੀਂ ਆਖੋ ਵੇਚਤੀ, ਤੇ ਫਿਰ ਉਹਨਾਂ ਕਹਿਣਾ ਵੀ ਇਹ ਦੁਨੀਆ ਸਾਰੀ ਮੈਂ ਨਾ ਤੈਨੂੰ ਫੋਨ ਰਾਜ ਤੇ ਲਾਉਣਾ ਸੀ, ਇਹ ਕੀ ਕੀਤਾ ਵਾ ਟੋਟੀਆਂ ਵਾਲੇ ਬੁੱਢੇ ਨੇ ਤੇ ਮੱਝ ਵੇਚਤੀ ਸਾਡੀ। ਵੇਖੋ ਭਾਉ ਜੀ ਫੋਨ ਹਰ ਕਦੇ ਕੋਲੇ ਆ, ਹਾਂਜੀ ਅਗਲੇ ਨੇ 2 ਮਿੰਟ ਲਾਉਣਾ ਲਾਈਵ, ਉਹਨਾਂ ਕਹਿਣਾ ਭਾਉ ਨੋਕ ਸਿੰਘ ਨੇ ਵੇਖੋ ਜੀ 500 ਦੀ ਮੱਝ ਡਕਾਈ ਹੈ, 500 ਤਾਂ ਹਜ਼ਾਰ ਨਹੀਂ ਦਿੱਤਾ ਤੇ ਸਾਡੀ ਮੱਝ ਵੇਚਤੀ ਹੈ, ਤੇ ਵੇਖੋ ਫਿਰ ਆ ਵੀ ਗੱਲਾਂ ਨੋਟ ਕਰ ਰਹੇ ਹਾਂ। ਸਾਢੇ 3 ਵਜੇ ਵੀਰ ਮੇਰੇ ਸੁਣਦੇ ਨੇ, 3:30 ਵਜੇ ਗੁਰੂ ਘਰੋਂ ਆਏ ਹੋ ਰਾਜ ਸਾਹਿਬ, ਪਤਾ ਗੱਲ ਕੀ ਆ ਰਾਜ ਸਾਹਿਬ, ਭਾਵੇਂ ਮੈਨੂੰ ਕੋਈ ਠੱਗ ਕੋਈ ਆਖੇ, ਇੱਕ ਪਾਈ ਦਾ ਝੂਠ ਨਹੀਂ ਮਾਰਨਾ, ਪਹੂ 8 ਕਿਲੋ ਵੀ ਆਖਾਂਗੇ ਤਾਂ ਵੀ ਵਿਕਦਾ ਵਾ, ਕਿਹੜੀ ਗੱਲੋਂ ਜਾਰਾ ਜਾਰਾ ਆਖਣਾ, ਜੇ ਹੈਗਾ ਤੇ ਆਖਣਾ, ਨਹੀਂ ਤੇ ਕੋਈ ਲੋੜ ਨਹੀਂ। ਸਹੀ ਗੱਲ ਤੁਹਾਡੀ, ਹਾਂ ਇਹਦਾ ਮੁੱਲ ਆਪਾਂ ਉਦੋਂ ਕੀ ਕੀਤਾ, ਅੱਜ ਕਿੰਨੇ ਦੀ ਦੇਣੀ ਹੈ? ਉਦੋਂ ਆਪਾਂ ਵੀਰ ਮੇਰਾ ਤੁਹਾਡੇ ਨਾਲ 84,000 ਕੀਤਾ ਸੀ, ਅੱਜ 82,000 ਦੀ ਚੱਲੀ ਜੋ ਲਓ ਜੀ, ਤੋਹਫਾ ਮੁੰਡਾ ਆ ਗੱਬਣ ਝੋਟੀ ਢੁੱਕੀ ਆ ਭਰਾਵੋ, ਤੇ ਇਹ ਭਾਉ ਜੀ ਦੂਜਾ ਹੀ ਪਹਿਲਣੀ, ਇਹ ਦੂਜੇ ਸੂਗੇ ਰਾਜ ਦੂਜੇ ਨੇ, ਹਾਂ ਭਾਵੇਂ ਇਹਨੂੰ ਪਹਿਲਣ ਆ ਦੀਏ ਭਾਵੇਂ ਦੂਜਣ ਆ ਦੀਏ, ਮੁੰਡਾ ਦਿੰਦਾ ਸੀ ਦੂਜੀ ਵੀਡੀਓ ਚ ਤਿਆਰ ਕਰਕੇ ਪਾਉਣੀ ਆ, ਮੈਂ ਆਂਦੇ ਕੋਈ ਆ ਭੈਣ ਭਰਾ 2-4 ਦਿਨ ਸਾਂਭ ਲੂਗਾ ਤੇ ਲਵੇਗਾ ਫਾਉ ਵੀ, ਕਿਤੇ ਐ ਪਤਲੀ ਬੂਥੀ ਆ ਕਿਤੇ ਗੱਲਾਂ ਹੀ ਗਾਂ ਤੇ ਸਿੰਘ ਤੇ ਘੜ ਘੜ ਕੇ, ਉਦਣ ਦੀ ਝੋਟੀ ਆ ਉਹਨਾਂ ਲੋਹੀ ਦੇ ਪਤਾ ਨਹੀਂ 85 ਫੋਨ ਆਏ ਸੀ, ਉਹਦੇ ਨਾਲ ਵੀ ਨਦੀਨਾ ਗਾਂ ਹੀ ਆਂਦੇ ਵੇ, ਆਂਦੇ ਸੀ ਰਾਜ ਸਿੰਘ ਜਿੰਨਾ 85,000 ਮੁੱਲ ਕੀਤਾ ਤੇ 85 ਫੋਨ ਆਏ, 85 ਫੋਨ ਆਇਆ ਤੇ ਉਹਦੇ ਘਰ ਮਾਲੀ ਦੇ, ਉਹਦੇ ਪਹਿਲੇ ਬੁੱਲੇ ਹੀ ਗਈ ਲੈ ਕਰੋ ਗੱਲ। ਲਓ ਦੋਸਤੋ ਦੂਜਣ ਝੋਟੀ ਆ ਲਿਬਟੀ ਲੁਬਟੀ ਤੋਂ ਤੁਸੀਂ ਅੰਦਾਜ਼ਾ ਲਾ ਲਓ, ਪਹਿਲਾਂ ਪਾਉਂਦੀ ਆਵੇ, ਹਾਂ ਪਹਿਲਾਂ ਪਾਉਂਦੀ ਆ, ਪਹਿਲਾਂ ਪਾਉਂਦੀ ਆ, ਆ ਕਰੋ ਚੈੱਕ, ਹੁਣ ਆਪਾਂ ਸਚਾਈ ਦੱਸਣੀ ਭਾਵੇਂ ਇਹਨੂੰ ਪਹਿਲਾਂ ਆਖ ਦਈਏ, ਹਾਂਜੀ ਹਾਂਜੀ, ਤੇ ਹੈਗੀ ਦੂਜੇ ਸੂਹੇ ਆ ਦੂਜਣ ਝੋਟੀ, ਹਾਂਜੀ ਦੂਜਣ ਝੋਟੀ ਆ, ਹਾਂ ਸ਼ਾਹੀ ਸ਼ੂਈ ਪੂਰੀ ਆ, ਠੀਕ ਆ ਜੀ, ਤੇ ਕੱਟੀ ਇਹ ਵੀ ਕਮਾਲ ਦੀ ਆ, ਬਾਕੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਆਪਾਂ ਨਮੂਨਾ, ਇੱਥੇ ਆ ਕੇ ਮੇਰਾ ਵੀਰ ਆਪਣੀ ਤਸੱਲੀ ਤੁਸੀਂ ਕਰੋਗੇ ਤੇ ਪਸੰਦ ਆਊਗੀ, ਝੋਟੀ ਪਿੱਠਪੁੜੇ ਤੋਂ ਚੜਾਈ ਤੋਂ ਖੁੰਜੀ ਨਹੀਂ ਗਈ, ਥੱਲਿਓਂ ਵੀ ਤੁਸੀਂ ਵੇਖੋ ਲੇਪਟੀ ਲੁਪਟੀ ਦੀ ਵੀ ਸੋਹਣੀ ਆ, ਤੇ ਦੇਣ ਹਜੇ ਦੋਸਤੋ ਮੈਨੂੰ ਲੱਗਦਾ ਵੀ ਘੱਟੋ ਘੱਟ ਹਫ਼ਤੇ ਦੇ ਅੰਦਰ ਅੰਦਰ ਸੂਪ ਹੋ, 7 ਲੈ ਜੇ, 8 ਲੈ ਜੇ, 6 ਲੈ ਜੇ, ਹਾਂਜੀ ਹਾਂਜੀ, ਚਾਰ ਚਵਰ ਇੱਕੋ ਜਿਹਾ ਗਾੜੀ ਪਛਾੜੀ ਚਾ ਚੌਂ ਥਾਣਾ ਚ ਇੱਕੋ ਜਿਹਾ ਵਿਰ ਲਿਆ ਲਓ ਜੀ, ਹਾਂਜੀ ਕਰੋ ਚੈੱਕ, ਠੀਕ ਆ ਜੀ, ਆ ਦੇਖੋ ਆ ਕਰੋ ਚੈੱਕ, ਠੀਕ ਆ ਜੀ, ਕੋਈ ਵੀਰੇ ਨਾ ਕਵੇ ਵੀ ਤਸੱਲੀ ਨਾਲ ਵੇਖੋ ਮੇਰਾ ਭਰਾ, ਇਹ ਪਾਸੇ ਨੂੰ ਕੈਮਰਾ ਮਰਾ ਦਿਓ ਜਿਤਨਾ ਆਪਾਂ ਝੋਨਾ ਲਾਉਂਦੇ ਨਾ, ਘਰ ਐ ਆਵੇ ਜਿਵੇਂ ਆਪਣੇ ਪ੍ਰਦੇਸੀ ਵੀਰਾਂ ਨੂੰ ਕਹਿ ਦਿੰਦਾ ਵੀ ਯਾਰ ਇੱਕ ਗਿੱਟ ਗਿੱਟ ਤੇ ਲਾ, ਆ ਐ ਵੇ ਆ ਕਰੋ ਚਾਰ ਚਵੇਰੇ ਵਿਰ ਲਾ ਵੇਖੋ ਕੀ ਬਾਤਾਂ, ਕਿਉਂ ਵਿਖਾ ਦੇ ਥਾਨ ਮਾੜਾ ਆ ਗਿਆ ਕੁਛ ਨਹੀਂ ਆਂਦੇ, ਲਓ ਵੀ ਆ ਕਰੋ ਚੈੱਕ ਤੇ ਕਰੋ ਤਸੱਲੀ ਮੇਰਾ ਵੀਰ, ਠੀਕ ਆ ਜੀ, ਸੋ ਨਵਾਂ ਪਸ਼ੂ ਆ, ਨਵੀਂ ਰੁੱਤ ਤੇ ਨਵੀਆਂ ਭਾਰਾਂ, ਜਿਵੇਂ ਸਿਆਲ ਆਉਣ ਦਾ ਚਾਅ ਚੜਦਾ ਪਿਆ ਸਾਰਿਆਂ ਨੂੰ, ਹਾਂਜੀ ਫਿਰ ਰੁੱਤ ਬਦਲ ਜਾਣੀ ਹੈ ਤੇ ਬਿਲਕੁਲ ਸਿਆਲ ਆ ਜਾਣਾ, ਠੀਕ ਆ ਜੀ, ਇਹ ਵੀ ਨਵੀਂ ਝੋਟੀ ਆ ਦੱਸੋ ਦੇ ਲੈ ਭਾਉ ਜੀ, ਇਹਦਾ ਰਾਜ ਸਿੰਘ ਜੇ ਤੇ ਕਿਸੇ ਭੈਣ ਭਰਾ ਦੇ ਆ ਗਈ ਤਣ ਪੱਤਣ ਤੇ ਫੇਰ ਆਪਾਂ ਦੇਵਾਂਗੇ, ਇਹ ਇਸ ਵੇਲੇ 77,000 ਦੀ, ਹਾਂ ਉਹਦੇ ਚ ਕੋਈ ਖੁਸ਼ੀ ਨਾਲ ਛੋੜ ਛੱਪਾ ਕਰ ਦਾਂਗੇ, ਛੋੜ ਛੱਪਾ ਹੀ ਭਾਈ, ਹਾਂ
77 ਚ ਛੋੜ ਛੱਪਾ ਕਰ ਦਾਂਗੇ। ਚੰਗੀ ਆ। ਜੇ ਆਪਾਂ ਮਤਲਬ ਨਾ ਵਿਕੀ ਫੇਰ ਆਪਾਂ ਸਵਾ ਕੇ ਫੇਰ ਵੇਚਣੀ। ਇਹ ਪਾਉਣ ਦਾ ਇਰਾਦਾ ਨੀ ਤੇ ਮੈਂ ਚਲੋ ਵਿਖਾ ਦਈਏ ਜੇ ਕਿਸੇ ਭੈਣ ਭਰਾ ਦੇ ਚੱਲਦੀ ਹੋਊ ਤੇ ਦੇਣੀ 5-6 ਰਹਿ ਗਿਆ। ਇਹ ਤੇ ਤੋਹਫਾ ਹੀ ਆਦੇ ਇਹਦੇ ਮਲਾਂਦ ਹੁੰਦੇ ਆ ਕਿਤੇ ਮੋਹਰ ਆਦੇ ਕਿਤੇ ਸਿੰਘਾਂ ਦਾ ਉਦੋਂ ਗੱਲ ਆ ਤੇ ਸਾਰੀ ਚੰਗੀ। ਹਾਂਜੀ ਪਸੰਦ ਆਊਗੀ ਵੀਰਾਂ ਨੂੰ, ਕੋਈ ਛੱਡ ਕੇ ਨਹੀਂ ਜਾਂਦਾ। ਪੋਲੀ ਬੜੀ ਆ ਫੇ ਝੋਟੀ ਬੜੀ ਚੰਗੀ ਠੀਕ ਹੈ। ਤਪੜ ਤਪਾਉਣ ਚੰਗੀ। ਮੈਂ ਨਾ ਕਿਤੇ ਕਾਨੂੰ ਗੱਲਾਂ ਪੋਲੀ ਵਾਲੀਆਂ ਤੇ ਗੱਲਾਂ ਹੀ ਗਾਵਾਂ ਤੇਰੀਆਂ ਤੇ ਨਾ ਰਾਜ ਸਿਆ ਉਦਨ ਦੀ ਝੋਟੀ ਆਉਂ ਮਲੇ ਉਹਦੇ ਪਤਾ ਨਹੀਂ। ਮੈਂ ਨਾ 85 ਛੱਡ ਕੇ 85 ਨੂੰ ਫੋਨ ਜਿਆਦੇ ਆ ਗਏ ਕਿ ਉਹ ਨਵਾਂ ਪਹੁ ਨਵਾਂ ਦਾ ਤੇ ਇਹਦੇ ਆਂਦੇ ਹੁੰਦੇ ਮੋਹਰ ਆ ਦੇ। ਲਓ ਜੀ ਥਾਪੀ ਵੀ ਉਹ ਪਿੰਡ ਦੇ ਦੂਜੇ ਨੁੱਕਰ ਤੇ ਫੁੱਟਦੀ ਆ ਆਂਦੇ ਤੇ ਤੇਲ ਤੂਰ ਮਲਿਆ ਬੁੱਢੇ ਨੇ ਥਾਪੀ ਤੇ ਜ਼ੋਰ ਲਾਉਣਾ ਮੁੜ ਕੇ। ਠੀਕ ਆ ਹਾਂ ਚਲੋ ਬਹੁਤ ਵਧੀਆ ਚੰਗੀ ਝੋਟੀ ਆ। ਲਓ ਵੀ ਇਹਦਾ ਭਾਉ ਜੀ ਮੁੱਲ 77,000 ਆ। ਕੋਈ ਗੱਲ ਨਹੀਂ ਥੋੜਾ ਬਹੁਤਾ ਮਾਨ ਕਾਨ ਕਰ ਦਾਂਗੇ ਦੇ ਕੇ ਕਿਲਾਵਾਂਗੇ ਕੋਈ ਗੱਲ ਨਹੀਂ ਜੇ ਕਿਤੇ ਪਸੰਦ ਆ ਤੇ ਦੇ ਕੇ ਕਿਲਾਵਾਂਗੇ। ਠੀਕ ਹੈ ਹਾਂਜੀ। ਲਓ ਵੀ ਦੋਸਤੋ 77,000 ਦੀ ਤੁਹਾਨੂੰ ਮਿਲੂ। ਹਾਂਜੀ ਤੇ ਇਹ ਮੇਰੇ ਭਰਾਵੋ ਜਿਹੜੇ ਅੱਜ ਪਸ਼ੂ ਆਪਾਂ ਭਾਉ ਨੋਕ ਸਿੰਘ ਹੋਣਾ ਦੇ ਇਸ ਫਾਰਮ ਤੋਂ ਤੁਹਾਨੂੰ ਦਿਖਾਉਣੇ ਸੀਗੇ। ਸੋ ਨਾਲ ਦੀ ਨਾਲ ਡੇਅਰੀ ਦਾ ਕੰਮ ਵੀ ਆ, ਨਾਲ ਦੀ ਨਾਲ ਵਪਾਰ ਦਾ ਕੰਮ ਵੀ ਆ। ਆਪਦੇ ਹੱਥੋਂ ਰੋਜ਼ ਹੀ ਪਸ਼ੂਆਂ ਦੀਆਂ ਚਵਾਈਆਂ ਨਿਕਲਦੀਆਂ ਨੇ, ਚੋ ਚੋ ਕੇ ਆਪਦੀ ਤਸੱਲੀ ਕਰਦੇ ਆ। ਅੱਗੋਂ ਤੁਹਾਨੂੰ ਵੀ ਕਹਿੰਦੇ ਆ ਵਾਰ ਵਾਰ ਇੱਥੇ ਵੀ ਆ ਕੇ ਤਸੱਲੀਆਂ ਕਰੋ, ਇੰਨੇ ਪੈਸੇ ਲਾਉਣੇ ਰੁੱਗਾਂ ਦੇ ਰੁੱਗ ਪਹਿਲਾਂ ਤਸੱਲੀ ਕਰੋ। ਠੀਕ ਆ ਜੀ ਐਂ ਪੂਰੀ ਆਪਦੀ ਭਾਵੇਂ ਚਾਰ ਚਵਾਈਆਂ ਰਾਜਸਾਂ ਕਾਰਨ ਆਪਾਂ ਤੋਂ ਨਹੀਂ ਕਿਸੇ ਨੂੰ ਵੀਰ ਨੂੰ ਪੈਸੇ ਲਾਉਣੇ ਆ। ਹਾਂ ਤੇ ਭਾਉ ਜੀ ਇੱਕ ਨੰਬਰ ਗਰਲਾਲ ਆਪਣੇ ਕਰ ਦਈਏ ਸਾਂਝੇ ਵੀਰੇ। ਹਾਂਜੀ ਸੰਧੂ ਸਾਹਿਬ ਜ਼ਰੂਰ 9853-5762-67 ਤੇ ਦੂਜਾ ਨੰਬਰ ਆਪਣਾ 8285-53-927। ਠੀਕ ਹੈ ਜੀ। ਮੇਰੇ ਭੈਣ ਭਰਾ ਕੋਈ ਵੀ ਬੋਲਿਆ ਚੱਲਿਆ ਸੱਚਾਈ ਨਾਲ ਗੱਲਾਂ ਦੱਸੀਆਂ ਵਾ, ਕੋਈ ਵੀ ਮਤਲਬ ਕੋਈ ਗਲਤੀ ਸ਼ਲਤੀ ਹੋ ਗਈ ਆ ਤੇ ਬੋਲਿਆ ਮਾਫ ਕਰਨਾ, ਤੇ ਆਪਾਂ ਗੱਲਾਂ ਜਿਹੜੀ ਦੋ ਦੱਸੀਆਂ ਵੀਰ ਜੀ ਸੱਚਾਈ ਵਾਲੀਆਂ ਦੱਸੀਆਂ ਤੇ ਮਾਫ ਕਰਨਾ। ਬਿਲਕੁਲ ਜੀ। ਤਾਂ ਦੋਸਤੋ ਸਾਰੀ ਸੰਗਤ ਜਿੰਨੇ ਵੀਰ ਆਪਾਂ ਬੈਠੇ ਸਾਰੇ ਮਾਫੀ ਕਰਨ ਯੋਗ ਨੇ। ਠੀਕ ਹੈ ਜੀ। ਸੰਗਤ ਬਖਸ਼ਣਹਾਰ ਆ ਤੇ ਮੇਰੇ ਵੀਰ ਕੋਈ ਵੱਧ ਘੱਟ ਕੋਈ ਗੱਲ ਨਿਕਲੀ ਆ ਜਾਂ ਕਿਸੇ ਨੂੰ ਕੋਈ ਦਰਦ ਪੀੜ ਮਹਿਸੂਸ ਹੋਈ ਆ ਤੇ ਉਹਦੇ ਲਈ ਮਾਫੀ ਮੰਗਦੇ ਆ। ਠੀਕ ਆ ਜੀ। ਕਿਉਂ ਵਪਾਰ ਦਾ ਕੰਮ ਹਾਂਜੀ ਤੇ ਆਪਾਂ ਜਦੋਂ ਰੋਜ਼ ਤੁਹਾਨੂੰ ਹਰ ਥਾਂ ਟਿਕਾਣੇ ਤੋਂ ਕਹਿੰਦੇ ਆ ਵੀ ਆਪਦੀ ਤਸੱਲੀ ਕਰੋ ਮੇਰਾ ਜੀ, ਤਸੱਲੀ ਕਰੋ ਪਸ਼ੂ ਤਸੱਲੀ ਦਾ, ਉਸ ਤੋਂ ਬਾਅਦ ਗੇਟੋਂ ਬਾਹਰ ਕੋਈ ਕਿਸੇ ਤਰ੍ਹਾਂ ਦੀ ਵੰਡ ਦੀ ਕੋਈ ਵੀ ਜਿਹੜਾ ਦੋਸਤੋ ਸਮਝੌਤਾ ਨਹੀਂ ਹੁੰਦਾਗਾ। ਇਸ ਕਰਕੇ ਤਸੱਲੀ ਪਹਿਲਾਂ ਕਰਕੇ ਰਕਮ ਲਾਉਣੀ ਆ, ਤਸੱਲੀ ਕਰਕੇ ਲੈ ਕੇ ਜਾਓ, ਗੱਲ ਨਿਬੜਦੀ ਇੱਥੇ ਆ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਸੱਜਣਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।